ਕਰਦੀ ਹਾਂ। ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਅਤੇ ਸਵਰਗੀ ਪ੍ਰਧਾਨ ਮੰਤਰੀ ਨਾਲ ਲਾਲ ਬਹਾਦਰ ਸ਼ਾਸਤਰੀ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਹੁਸ਼ਿਆਰਪੁਰ ਦੇ ਦਫ਼ਤਰ ਵਿਖੇ ਸ਼ਰਧਾਂਜਲੀ ਸਮਾਰੋਹ ਬੜੀ ਸ਼ਰਧਾ ਪੂਰਵਕ ਨਾਲ ਮਨਾਇਆ ਗਿਆ। 1904 ਨੂੰ ਇੱਕ ਸਿਰਫ ਲਾਠੀ ਹੱਥ 'ਚ ਲੈ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਵਾ ਦੇਣਾ ਸ਼ਾਇਦ ਇਹ ਕਿਸੇ ਨੇ ਨਹੀਂ ਕੀਤਾ ਸੀ। ਚਾਹੇ ਕੋਈ ਵੀ ਜਿੰਨੇ ਮਰਜ਼ੀ ਕ੍ਰਾਂਤੀਕਾਰੀ ਹੋਏ ਸਾਡੀ ਆਜ਼ਾਦੀ ਦੀ ਲਹਿਰ ਦੇ, ਚਾਹੇ ਜਿੰਨੇ ਮਰਜ਼ੀ ਜਾਦੇ ਹੋਏ, ਲੇਕਿਨ ਜੋ ਮਹਾਤਮਾ ਗਾਂਧੀ ਜੀ ਨੇ ਅਹਿੰਸਾ ਦਾ ਨਾਰਾ ਦੇ ਕੇ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ ਉਹ ਕਿਸੇ ਨੇ ਨਹੀਂ। ਗਾਂਧੀ ਜੀ ਦਾ ਜਿਨ੍ਹਾਂ ਦੇ ਕਾਰਨ ਸਾਨੂੰ ਇਹ ਆਜ਼ਾਦੀ ਮਿਲੀ, ਉਹਨਾਂ ਨੇ ਹਿੰਸਾ ਦੇ ਕਾਰਨ ਅਤੇ ਆਜ਼ਾਦੀ ਲਿੱਤੀ, ਉਹਨਾਂ ਨੇ ਖੂਨ ਖਰਾਬੇ ਦੇ ਨਾਲ ਆਜ਼ਾਦੀ ਨਹੀਂ ਲਿੱਤੀ। ਅੱਜ ਉਹਨਾਂ ਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਜਨਮ ਦਿਹਾੜਾ ਮਨਾਇਆ ਜਾਂਦਾ ਹੈ। ਜਾਂਦੇ ਸੀ ਜਿਸ ਵੇਲੇ ਪੜ੍ਹਾਈ ਕੀਤੀ ਹੈ, ਨਦੀ ਪਾਰ ਕਰਕੇ ਸਿਰ 'ਤੇ ਕਿਤਾਬਾਂ ਰੱਖ ਕੇ ਜਾਂਦੇ ਸੀ, ਔਰ ਉਹ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਮਹਾਤਮਾ ਗਾਂਧੀ ਜੀ ਜਿਹੜੀ ਅੱਜ 50ਵੀਂ ਜਯੰਤੀ ਅਸੀਂ ਹੁਸ਼ਿਆਰਪੁਰ ਜ਼ਿਲ੍ਹਾ ਕਾਂਗਰਸ ਕਮੇਟੀ 'ਚ ਮਨਾਈ ਹੈ, ਉਹਦਾ ਔਰ ਲਾਲ ਬਹਾਦਰ ਸ਼ਾਸਤਰੀ ਜੀ ਦਾ ਜਨਮ ਦਿਹਾੜਾ ਮਨਾਇਆ। ਅੱਜ ਉਹਨਾਂ ਨੇ ਦੇਣ ਜੋ ਹਿੰਦੁਸਤਾਨ ਨੂੰ ਦਿੱਤੀ ਹੈ ਉਹ ਅੱਜ ਤੱਕ ਕੋਈ ਦੇ ਨਹੀਂ ਸਕਿਆ। ਚਾਹੇ ਜੋ ਮਰਜ਼ੀ ਰਾਜਨੀਤਿਕ ਪਾਰਟੀਆਂ ਜੋ ਮਰਜ਼ੀ ਬੋਲਣ, ਲੇਕਿਨ ਕਾਰਨ ਇਹ ਆ ਜੋ ਕਾਂਗਰਸ ਪਾਰਟੀ ਨੇ ਹਿੰਦੁਸਤਾਨ ਨੂੰ ਅਪਲਿਫਟ ਕਰਨ ਲਈ, ਹਿੰਦੁਸਤਾਨ ਦੇ ਵਚਨ ਨੂੰ, ਹਿੰਦੁਸਤਾਨ ਦੇ ਰਹਿਣ ਵਾਲੇ ਨਾਗਰਿਕ ਨੂੰ ਜੋ ਸਹੂਲਤ ਦਿੱਤੀ, ਜੋ ਉਹਨਾਂ ਨੂੰ ਹਰ ਚੀਜ਼ ਮੁਹੱਈਆ ਕੀਤੀ, ਉਹ ਅੱਜ ਤੱਕ ਕਿਸੇ ਵੀ ਪਾਰਟੀ ਨੇ ਨਹੀਂ ਕੀਤੀ। ਜਿਹੜੀ ਵੀ ਕਾਂਗਰਸ ਪਾਰਟੀ ਬਗੈਰ ਦੂਜੀ ਜਿਹੜੀ ਪਾਰਟੀਆਂ ਬਣੀਆਂ, ਇੱਥੇ BJP ਸਰਕਾਰ ਹੈਗੀ ਆ ਸੈਂਟਰ ਦੇ ਵਿੱਚ, ਜੋ ਇਸ ਵਕਤ ਹਾਲਤ ਹੈ, ਰਿਸੈਸ਼ਨ ਪੂਰਾ ਹੈ ਔਰ ਮੰਦੀ ਦਾ ਦੌਰ ਚੱਲ ਰਿਹਾ। ਔਰ ਗੱਲ ਕਰੀਏ ਅਸੀਂ ਕਸ਼ਮੀਰ ਦੀ, ਇਹ ਹਰ ਵਕਤ ਇੱਕੋ ਗੱਲ ਕਹਿੰਦੇ ਆ ਕਿ ਜਵਾਹਰ ਲਾਲ ਨਹਿਰੂ ਜੀ ਨੇ ਰਾਜਨੀਤਿਕ ਗਲਤੀ ਕੀਤੀ। ਜਵਾਹਰ ਲਾਲ ਨਹਿਰੂ ਜੀ ਉਸ ਵਕਤ ਜੋ ਹਾਲਤ ਸੀਗੇ ਉਸ ਨੂੰ ਨਿਪਟਣ ਲਈ ਜੋ ਕੀਤਾ ਬਿਲਕੁਲ ਠੀਕ ਕੀਤਾ, ਕਿਉਂਕਿ ਉਹ ਜੋ ਹੁਣ ਹਾਲਤ ਹੈਗੇ ਆ ਉਸ ਵਕਤ ਇਹ ਹਾਲਤ ਨਹੀਂ ਸੀ। ਉਸ ਵਕਤ ਮੁਲਕ ਨੂੰ ਬਚਾਉਣ ਦੀ ਜ਼ਰੂਰਤ ਸੀ, ਮੁਲਕ ਨੂੰ ਇਕੱਠਾ ਕਰਨ ਦੀ ਜ਼ਰੂਰਤ ਸੀ। ਉਹਨਾਂ ਨੇ ਉਸ ਵਕਤ ਸਾਡੇ ਰਹਿਨਮਾ ਨੇ ਆਪਣੇ ਪਟੇਲ ਸਾਹਿਬ ਨੇ ਔਰ ਨਹਿਰੂ ਜੀ ਨੇ ਦੋਨਾਂ ਨੇ ਮਿਲ ਕੇ ਜੋ ਕੰਮ ਕੀਤਾ ਉਸ ਵਕਤ ਠੀਕ ਕੀਤਾ। ਉਸ ਵਕਤ ਕੋਈ ਕਟਾਕਸ਼ ਨਹੀਂ ਹੋਇਆ ਸੀ, ਕਟਾਕਸ਼ ਹੁਣ ਇਹ ਕਰਦੇ ਆ, ਪਹਿਲਾਂ ਕੋਈ ਕਟਾਕਸ਼ ਨਹੀਂ ਕਰਨ ਵਾਲਾ ਆਦਮੀ ਸੀਗਾ। ਇਹਨਾਂ ਨੇ ਕਸ਼ਮੀਰ ਠੀਕ ਆ, ਅਸੀਂ ਭਾਰਤ ਮਾਤਾ ਦੇ ਸਬੂਤ ਹੈ, ਭਾਰਤ ਮਾਤਾ ਦੇ ਨਾਲ ਹੈ, ਔਰ ਜੋ ਇਹ ਕੀਤਾ ਹਿੰਦੁਸਤਾਨ ਨੂੰ ਇਕੱਠਾ ਕਰਨ ਲਈ ਜਿਹੜੀ ਵੀ ਕੋਈ ਸਰਕਾਰ ਕੰਮ ਕਰੇਗੀ ਅਸੀਂ ਉਹਦੇ ਨਾਲ ਹੈਗੇ ਹਾਂ। ਲੇਕਿਨ ਇਹ ਨਹੀਂ ਹੈ ਕਿ ਅਸੀਂ ਆਪਣੇ ਰਹਿਨਮਾ ਦੇ ਅਗੇਂਸਟ ਗੱਲ ਸੁਣੀਏ। ਸਾਡੇ ਰਹਿਨਮਾ ਜਿਹੜੇ ਨਹਿਰੂ ਜੀ, ਆਪਣੇ ਲਾਲ ਬਹਾਦਰ ਸ਼ਾਸਤਰੀ ਜੀ,
ਔਰ ਆਪਣੇ ਦੂਸਰੇ ਮਹਾਤਮਾ ਗਾਂਧੀ ਜੀ ਜਿਹਨਾਂ ਦੀ ਦੇਣ ਹੈ, ਜਿਹਨਾਂ ਕਰਕੇ ਅਸੀਂ ਆਜ਼ਾਦ ਇੱਥੇ ਆਪਣਾ ਆਨੰਦ ਮਾਣ ਰਹੇ ਹਾਂ। ਜਿਹੜਾ ਮਹਾਤਮਾ ਗਾਂਧੀ ਜੀ ਦਾ 150ਵਾਂ ਜਨਮ ਦਿਹਾੜਾ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਗਿਆ, ਔਰ ਅੱਜ ਮਹਾਤਮਾ ਗਾਂਧੀ ਜੀ ਦੀ ਜ਼ਿੰਦਗੀ ਤੋਂ ਅੱਜ ਇੱਕ ਸਬਕ ਲੈਣ ਦੀ ਲੋੜ ਹੈ। ਸੋ ਅੱਜ ਮਹਾਤਮਾ ਗਾਂਧੀ ਜੀ ਦੀ ਜਿਹੜੀ ਸੋਚ ਹੈ, ਅੱਜ ਸੱਚ 'ਤੇ ਪਹਿਰਾ ਦੇਣ ਦੀ ਲੋੜ ਆ। ਅੱਜ ਅਹਿੰਸਾ, ਜਿੱਥੇ ਅੱਜ ਹਿੰਸਕ ਘਟਨਾਵਾਂ ਪੂਰੇ ਹਿੰਦੁਸਤਾਨ ਦੇ ਵਿੱਚ ਹੋ ਰਹੀਆਂ, ਅੱਜ ਉਸ ਤੋਂ ਸਬਕ ਲੈ ਕੇ ਹਿੰਦੁਸਤਾਨ ਨੂੰ ਦੁਬਾਰਾ ਮਹਾਤਮਾ ਗਾਂਧੀ ਜੀ ਦੀ ਆਈਡੀਓਲੋਜੀ 'ਤੇ ਅਹਿੰਸਾ ਵੱਲ ਲੈ ਕੇ ਜਾਣ ਦੀ ਜ਼ਰੂਰਤ ਹੈ। ਅੱਜ ਮਜ਼ਬੂਰੀ ਨਹੀਂ, ਮਜ਼ਬੂਤੀ ਦਾ ਨਾਮ ਮਹਾਤਮਾ ਗਾਂਧੀ, ਅੱਜ ਇਹ ਜਪਣ ਦੀ ਲੋੜ ਹੈ, ਕਿਉਂਕਿ ਅੱਜ ਵੀ ਮਹਾਤਮਾ ਗਾਂਧੀ ਦੀ ਜਿਹੜੀ ਸੋਚ ਹੈ, ਅੱਜ ਵੀ ਜੇਕਰ ਹਿੰਦੁਸਤਾਨ ਨੂੰ ਦੁਬਾਰਾ ਲੀਹ 'ਤੇ ਲਿਆ ਸਕਦੀ ਹੈ, ਅਤੇ ਉਹਨਾਂ ਦੀ ਸੋਚ ਹੀ ਦੁਬਾਰਾ ਜਿਹੜੀ ਹਿੰਦੁਸਤਾਨ ਨੂੰ ਅੱਜ ਜੋ ਇਕਨੋਮਿਕ ਅੱਜ ਬ੍ਰੇਕਡਾਊਨ ਹੋ ਰਿਹਾ, ਅੱਜ ਜੋ ਇਕਨੋਮਿਕ ਸਲੋਇੰਗ ਹੋ ਰਹੀ ਹੈ, ਆਰਥਿਕਤਾ ਮੰਦੀ ਵੱਲ ਜਾ ਰਹੀ ਹੈ, ਬੇਰੁਜ਼ਗਾਰੀ ਵੱਧ ਰਹੀ ਹੈ, ਅੱਜ ਇੰਡਸਟਰੀ ਜਿਹੜੀ ਹੈ ਮੰਦੀ ਵੱਲ ਜਾ ਰਹੀ ਹੈ, ਅੱਜ ਉਹਨਾਂ ਦੀ ਸੋਚ ਨੂੰ ਦੁਬਾਰਾ ਅਪਣਾਉਣਾ ਪਏਗਾ। ਔਰ ਅੱਜ ਇੱਕ ਨਵਾਂ ਇੰਡੀਆ ਜੇਕਰ ਆਪਾਂ ਸਪਨਾ ਉਹਦਾ ਲਿਆ, ਅਤੇ ਨਵਾਂ ਇੰਡੀਆ ਦੁਬਾਰਾ ਮਹਾਤਮਾ ਗਾਂਧੀ ਜੀ ਦੀ ਸੋਚ ਦੇ ਨਾਲ ਹੀ ਬਣ ਸਕਦਾ ਹੈ।